स्कूल टाइम के बारे दर्शक साढ़े जानना चाहते हैं कि जदों जस्सा पट्टी स्कूल जदों जाता हुंदा सी, जदों स्कूल पढ़ता हुंदा सी, ते एज अ स्टूडेंट वो किवें दा स्टूडेंट सी? एज अ स्टूडेंट जी इंटेलीजेंट सी पर पढ़ के खुश नहीं सी। मैनू समझ ही नहीं आई, सारी उम्र ही नहीं समझ आई, मतलब हुण भी कई बार बच्चे वेखी ते पढ़ते मेरा सिर दर्द होने लग जाता वेख के। बंक एवें सीगा जी, साडा स्कूल सीगा जी टी रोड के उपर, मेन स्कूल चो निकल नहीं सकते, इन्हां सी डिस्पेंसरी चले जाते जी। कोई ये हुण बच्चों एक तरह पुठी सिक्ख्या देने, एक सिर पीड़ ते ढिड पीड़ इहो जी बीमारी इहदा कोई मीटर नहीं है। साडी दूजी कड़ी दे विच सारे ही दर्शकों का स्वागत है, ते असीं जस्सा पट्टी जी दे नाल गल करन वाले हां उहनां दे स्कूल दे नाल नाल सिक्ख्या दे नाल नाल होर खेतरां दी। सो जस्सा पट्टी जी, तुहाडा जिवें असल नाम है जस कवर सिंह, है ना, स्कूल दे विच तां तुहानूं इसे नाम नाल ही सारे जाणदे सी? हाँ जी, स्कूल दे विच जां जस कवर जां जिहड़े मेरे फ्रेंड सी उह जस्सी कहिंदे हुंदे सी। ते जस्सा पट्टी तुहाडा जिहड़ा नाम पिया इह कदों पिया? ਇਹ ਨਾ ਜੀ, ਅਸੀਂ ਇਹਦੇ ਪਿੱਛੇ ਵੀ ਇੱਕ ਸਟੋਰੀ ਹੈ। ਅਸੀਂ ਗਵਾਲੀਅਰ ਸਾਈਡ ਗਏ ਦੰਗਲ ਦੇਖਣ 2009-10 ਦੇ ਵਿੱਚ, ਅਤੇ ਉੱਥੇ ਕੀ ਹੁੰਦਾ ਕਿ ਆਪਣੇ ਇੱਧਰ ਪੰਜਾਬ 'ਚ ਜਿਵੇਂ ਟੂਰਨਾਮੈਂਟ ਹੁੰਦੇ ਨੇ ਅਤੇ ਸਪੀਕਰ ਹੁੰਦੇ ਨੇ ਪ੍ਰੋਪਰ, ਇੱਕ ਅਨਾਊਂਸਰ ਆਪਾਂ ਬੁਲਾਉਂਦੇ ਹਾਂ, ਕਮੈਂਟੇਟਰ, ਉੱਧਰ ਇਹ ਰੁਝਾਨ ਨਹੀਂ ਹੁੰਦਾ ਜੀ। ਉੱਧਰ ਜਿਹੜਾ ਵੀ ਕੋਈ ਲੋਕਲ ਬੰਦਾ ਹੁੰਦਾ ਜਾਂ ਪੰਚਾਇਤ ਦਾ, ਉਹ ਦੋਨੋਂ ਪਹਿਲਵਾਨਾਂ ਦੇ ਹੱਥ ਖੜ੍ਹੇ ਕਰਕੇ ਉਹਨਾਂ ਦਾ ਨਾਮ ਅਨਾਊਂਸ ਕਰਦਾ ਆ, ਅਤੇ ਉਹਨਾਂ ਵਾਸਤੇ ਜਸਕੰਵਰ ਬੋਲਣਾ ਇੱਕ ਔਖਾ ਸੀਗਾ। ਅਤੇ ਫਿਰ ਮੇਰੇ ਉਸਤਾਦ ਜੀ ਕਹਿੰਦੇ ਵੀ ਆਪਾਂ ਇਹਨੂੰ ਸ਼ੋਰਟ ਕਰਕੇ ਜੱਸਾ ਕਰ ਲਈਏ। ਅਤੇ ਜਿਹੜਾ ਪੱਟੀ ਹੈ ਜੀ, ਪੱਟੀ ਦੇ ਕੋਲ ਸਾਡਾ ਪਿੰਡ ਹੈ ਜੀ, ਅਤੇ ਮੇਰੇ ਫਾਦਰ ਸਾਹਿਬ ਪੱਟੀ ਖਾੜੇ ਦੇ ਵਿੱਚ ਪ੍ਰੈਕਟਿਸ ਕਰਦੇ ਰਹੇ ਆ, ਉਹਨਾਂ ਦੇ ਨਾਮ ਦੇ ਨਾਲ ਪੱਟੀ ਲੱਗਦਾ ਸੀ, ਸ਼ਿੰਦਾ ਪੱਟੀ। ਫਿਰ ਉਹੀ ਜਿਵੇਂ ਇੱਕ ਲੈਗੇਸੀ ਕੈਰੀ ਔਨ ਹੋ ਗਈ, ਉਹ ਚੀਜ਼ ਸਾਡੇ 'ਤੇ ਆ ਗਈ ਜੀ, ਤਾਂ ਕਰਕੇ ਫਿਰ ਜੱਸਾ ਪੱਟੀ ਬਣ ਗਿਆ ਜੀ। ਤੁਹਾਡਾ ਜਿਹੜਾ ਮਤਲਬ ਪਿਛੋਕੜ ਪਿੰਡ ਹੈ, ਉਹ ਜ਼ਿਲ੍ਹਾ ਤਰਨ ਤਾਰਨ ਦਾ ਪੱਟੀ ਪਿੰਡ ਹੈ? ਪੱਟੀ ਕਸਬਾ ਹੈ ਜੀ, ਉਹਦੇ ਲਾਗੇ ਚੂਸਲੇਵੜ ਪਿੰਡ ਹੈ ਜੀ, ਭਿੱਖੀ ਵਿੰਡ ਰੋਡ ਦੇ ਉੱਪਰ। ਤੁਸੀਂ ਸ਼ੁਰੂ ਤੋਂ ਪਹਿਲਾਂ ਉੱਥੇ ਰਹੇ ਹਾਂ ਕਿ ਜ਼ਿਲ੍ਹਾ ਤਰਨ ਤਾਰਨ ਹੀ ਰਹੇ ਹਾਂ ਜਦੋਂ ਤੁਹਾਡੀ ਸਕੂਲਿੰਗ ਸਟਾਰਟ ਹੋਈ? ਮੈਂ 3 ਸਾਲ ਦਾ ਸੀ ਜਦੋਂ ਅਸੀਂ ਇੱਥੇ ਸ਼ਿਫਟ ਹੋ ਗਏ ਸੀ ਤਰਨ ਤਾਰਨ। ਮੇਰੀ ਸਕੂਲਿੰਗ ਸਾਰਾ ਕੁਛ ਇੱਥੋਂ ਦਾ ਜੀ, ਤਰਨ ਤਾਰਨ ਦਾ ਜੀ। ਅਤੇ ਸਕੂਲ ਟਾਈਮ ਦੇ ਬਾਰੇ ਦਰਸ਼ਕ ਸਾਡੇ ਜਾਣਨਾ ਚਾਹੁੰਦੇ ਨੇ ਕਿ ਜਦੋਂ ਜੱਸਾ ਪੱਟੀ ਸਕੂਲ ਜਦੋਂ ਜਾਂਦਾ ਹੁੰਦਾ ਸੀ, ਜਦੋਂ ਸਕੂਲ ਉਹ ਪੜ੍ਹਦਾ ਹੁੰਦਾ ਸੀ, ਅਤੇ ਐਜ਼ ਅ ਸਟੂਡੈਂਟ ਉਹ ਕਿਵੇਂ ਦਾ ਸਟੂਡੈਂਟ ਸੀ? ਐਜ਼ ਅ ਸਟੂਡੈਂਟ ਜੀ ਇੰਟੈਲੀਜੈਂਟ ਸੀ ਪਰ ਪੜ੍ਹ ਕੇ ਖੁਸ਼ ਨਹੀਂ ਸੀ, ਮਤਲਬ ਬੈਕ ਬੈਂਚਰ ਕਹਿ ਸਕਦੇ ਜੇ। ਬਟ ਐਵੇਂ ਸੀਗਾ ਵੀ ਹੋਰ ਜਿੰਨੀਆਂ ਵੀ ਐਕਟੀਵਿਟੀਜ਼ ਉਹਨਾਂ 'ਚ ਵਧੀਆ ਹਿੱਸਾ ਲਈਦਾ ਸੀ, ਚਾਹੇ ਡਰਾਮਾਸ ਵਗੈਰਾ ਹੁੰਦੇ ਜਿਵੇਂ ਸਕੂਲ 'ਚ, ਸਪੋਰਟਸ ਤਾਂ ਹੈ ਹੀ ਸੀ, ਅਤੇ ਹੋਰ ਵੀ ਕੋਈ ਵੀ ਬਾਕੀ ਐਕਟੀਵਿਟੀਜ਼ 'ਚ ਠੀਕ ਸੀਗਾ। ਇੱਕ ਪੜ੍ਹਾਈ 'ਚ ਥੋੜ੍ਹਾ ਐਵੇਂ ਹੁੰਦਾ ਵੀ ਯਾਰ ਕਿੰਨਾ ਕੁ ਪੜ੍ਹਾਂ, ਕੀ ਕਰਨਾ, ਸਾਡੋ ਬਾਰੇ ਪਾਸ ਹੋਣ ਜੋਗਾ ਸੋਚੀਦਾ ਵੀ ਬਸ ਪਾਸ ਹੋ ਜਾਓ। ਕੋਈ ਸਕੂਲ ਦੇ ਵਿੱਚ ਜਦੋਂ ਫੰਕਸ਼ਨਸ ਹੁੰਦੇ ਨੇ ਅਤੇ ਉਹਦੇ ਵਿੱਚ ਸਪੋਰਟਸ ਦੇ ਨਾਲ ਨਾਲ ਜਿਹੜੀਆਂ ਅਦਰ ਐਕਟੀਵਿਟੀ ਜਿਵੇਂ ਸਕਿੱਟਸ ਹੋ ਗਈਆਂ ਜਾਂ ਪਲੇ ਹੋ ਗਏ, ਤੁਸੀਂ ਉਹ ਵੀ ਕੀਤੇ ਨੇ? ਹਾਂਜੀ, ਉਹ ਵੀ ਕਰਦੇ ਰਹੇ ਹਾਂ ਜੀ। ਅਤੇ ਜਿਵੇਂ ਸਾਡੇ ਇੱਥੇ ਹੁੰਦਾ ਸੀਗਾ ਐਸੇ ਰਾਈਟਿੰਗ ਦੇ ਮੁਕਾਬਲੇ, ਪੋਮਸ ਵਗੈਰਾ ਲਿਖਣੀਆਂ, ਇਹ ਚੀਜ਼ਾਂ ਵੀ ਸਕੂਲ ਦੇ ਵਿੱਚ ਕਰਦੇ ਰਹੇ ਹਾਂ ਜੀ। ਤੁਹਾਡਾ ਇੰਟਰਸਟ ਪੂਰਾ ਸੀ ਇਹਨਾਂ ਚੀਜ਼ਾਂ ਦੇ ਵਿੱਚ? ਹਾਂਜੀ, ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਜੱਸਾ ਪੱਟੀ ਪਹਿਲਵਾਨ ਹੋਣ ਦੇ ਨਾਲ ਨਾਲ ਇੱਕ ਅੱਛਾ ਐਕਟਰ ਵੀ ਹੈ ਅਤੇ ਸਕ੍ਰਿਪਟ ਰਾਈਟਰ ਵੀ ਹੈ। ਸਕ੍ਰਿਪਟ ਰਾਈਟਰ ਨਹੀਂ, ਐਕਟਰ ਠੀਕ ਠਾਕ ਸੀਗੇ, ਮਤਲਬ ਉਦੋਂ ਲੱਗਦਾ ਸੀ ਵੀ ਹਾਂ ਅਸੀਂ ਠੀਕ ਹੈ, ਹੁਣ ਤਾਂ ਕੀ ਪਤਾ ਜੀ, ਦੇਖੋ। ਹਾਂਜੀ, ਅਤੇ ਸਕੂਲ 'ਚ ਜਦੋਂ ਪੀਰੀਅਡ ਲੱਗਦੇ ਹੁੰਦੇ ਹੈ ਨਾ, ਕਈ ਕਈ ਸਬਜੈਕਟਸ ਹੁੰਦੇ ਜਿਹੜੇ ਸਾਨੂੰ ਬੜੇ ਪਸੰਦ ਆ, ਅਤੇ ਕਈ ਹੁੰਦੇ ਆ ਜਿੱਦਾਂ ਮੇਰਾ ਤਾਂ ਸੀਗਾ ਮੈਥ, ਮੈਨੂੰ ਬਹੁਤ ਬੁਰਾ ਲੱਗਦਾ ਸੀ। ਸੋ ਐਵੇਂ ਜੱਸਾ ਪੱਟੀ ਦਾ ਕੋਈ ਐਵੇਂ ਦਾ ਸਬਜੈਕਟ ਹੋਵੇ ਜਦੋਂ ਉਹਦਾ ਪੀਰੀਅਡ ਲੱਗੇ, ਹਾਏ ਹਾਏ ਬੁਖਾਰ ਚੜ੍ਹਨ ਵਾਲੀ ਹਾਲਤ ਹੋ ਜਾਵੇ, ਕਦੀ ਇੱਦਾਂ ਦਾ ਕੋਈ ਸਬਜੈਕਟ ਹੁੰਦਾ ਸੀ ਜੀ? ਕਾਫੀ ਵਾਰ ਹੁੰਦਾ ਸੀ, ਮੇਰਾ ਵੀ ਇੱਕ ਮੈਥ ਇੱਕ ਕੈਮਿਸਟਰੀ, ਮੈਨੂੰ ਸਮਝ ਹੀ ਨਹੀਂ ਆਈ, ਸਾਰੀ ਉਮਰ ਹੀ ਨਹੀਂ ਸਮਝ ਆਈ, ਮਤਲਬ ਹੁਣ ਵੀ ਕਈ ਵਾਰ ਬੱਚੇ ਵੇਖੀ ਦੇ ਪੜ੍ਹਦੇ ਮੇਰਾ ਸਿਰ ਦਰਦ ਹੋਣ ਲੱਗ ਜਾਂਦਾ ਵੇਖ ਕੇ। ਇਹ 2 ਸਬਜੈਕਟ ਐਵੇਂ ਦੇ ਸੀ, ਬਾਕੀ ਮੇਰੀਆਂ ਲੈਂਗੁਏਜਸ ਅਤੇ ਕਮਾਂਡ ਬਹੁਤ ਵਧੀਆ ਸ਼ੁਰੂ ਤੋਂ ਹੀ। ਮਤਲਬ ਲੈਂਗੁਏਜ ਸਬਜੈਕਟ ਦੇ ਜਿਹੜੇ ਪੀਰੀਅਡ ਤੁਹਾਨੂੰ ਚੰਗੇ ਲੱਗਦੇ ਸੀ? ਪੰਜਾਬੀ, ਹਿੰਦੀ, ਇੰਗਲਿਸ਼, ਉਹ ਵਧੀਆ, ਸੋਸ਼ਲ ਸਾਇੰਸਿਸ ਵਧੀਆ ਲੱਗਦੀਆਂ ਸੀ, ਸਿਵਿਕਸ ਹੋ ਗਈ, ਜੋਗ੍ਰਾਫੀ, ਹਿਸਟਰੀ। ਸੋ ਇਹ ਵਾਲੇ ਸਬਜੈਕਟਾਂ 'ਚ ਨੰਬਰ ਵੀ ਚੰਗੇ ਆਏ ਨੇ, ਅਤੇ ਮੈਥਸ ਕੈਮਿਸਟਰੀ ਵਿੱਚ? ਹਾਂਜੀ, ਮੈਥ ਕੈਮਿਸਟਰੀ ਥੋੜ੍ਹਾ ਜਿਹਾ ਕੰਮ ਡਾਵਾਂਡੋਲ ਸੀਗਾ, ਪਾਸ ਹੋਣ ਜੋਗੇ ਕਰ ਲਈਦਾ ਸੀ ਬਟ ਇੰਨਾ ਹੁੰਦਾ ਨਹੀਂ ਸੀ। ਹਾਂਜੀ, ਅਤੇ ਇਹ ਵਾਲੇ ਸਬਜੈਕਟ ਜਿਨ੍ਹਾਂ 'ਚ ਤੁਹਾਨੂੰ ਮਤਲਬ ਵੀਕਨੈਸ ਲੱਗਦੀ ਹੁੰਦੀ ਸੀ ਆਪਣੀ, ਉਹ ਮਦਰ ਹੀ ਤੁਹਾਨੂੰ ਘਰ 'ਚ ਪੜ੍ਹਾਉਂਦੇ ਸੀ ਜਾਂ ਫਿਰ ਤੁਸੀਂ ਕੋਈ ਟਿਊਸ਼ਨ ਵਗੈਰਾ ਵੀ ਲੈਂਦੇ ਹੁੰਦੇ ਸੀ ਇਹਨਾਂ ਸਬਜੈਕਟ? ਨਹੀਂ, ਟਿਊਸ਼ਨ ਨਹੀਂ ਲਈ, ਮੈਥ ਦੀ ਥੋੜ੍ਹਾ ਟਾਈਮ ਟਿਊਸ਼ਨ ਲਈ ਆ, ਬਟ ਜ਼ਿਆਦਾ ਅਸੀਂ ਘਰ ਹੀ ਪੜ੍ਹੇ ਹਾਂ ਜੀ। ਹਾਂਜੀ, ਸੋ ਵੱਡੇ ਬ੍ਰਦਰ ਦੇ ਕੋਲ ਵੀ ਕਦੀ ਬਹਿ ਕੇ ਪੜ੍ਹੇ ਹੋ? ਨਹੀਂ ਜੀ, ਉਹਨਾਂ ਦੀ ਸਕੂਲਿੰਗ ਅਲੱਗ ਸਕੂਲ ਦੀ ਸੀ, ਉਹ ਪੰਜਾਬ ਬੋਰਡ ਤੋਂ ਪੜ੍ਹੇ ਨੇ ਅਤੇ ਮੇਰਾ CBSE ਬੋਰਡ ਸੀਗਾ। ਇੱਕ ਤਾਂ ਸਾਡਾ ਸਿਲੇਬਸ ਬਿਲਕੁਲ ਅਲੱਗ ਸੀਗਾ,
ਇੱਕ ਫਿਰ ਉਹਨਾਂ ਦੇ ਹੋਰ ਬੜੇ ਰਝੇਵੇਂ ਹੁੰਦੇ ਸੀ ਕਿਉਂਕਿ ਘਰ 'ਚ ਵੱਡੇ ਸੀ ਮੇਰੇ ਨਾਲੋਂ ਪਹਿਲਾਂ ਜ਼ਿੰਮੇਵਾਰ ਹੋ ਗਏ ਫਾਦਰ ਸਾਹਿਬ ਦੇ ਨਾਲ ਕਿਤੇ ਆਉਣਾ ਜਾਣਾ ਕੋਈ ਕੰਮ ਕਰਨਾ ਜਾਂ ਘਰ ਕੋਈ ਗੈਸਟ ਆਏ ਆ ਉਹਨਾਂ ਦਾ ਦੇਖ ਰੇਖ ਸੋ ਉਹ ਸ਼ੁਰੂ 'ਚ ਜ਼ਿਆਦਾ ਇਹਨਾਂ ਚੀਜ਼ਾਂ 'ਚ ਇਨਵੋਲਵ ਸੀਗੇ ਤੁਹਾਡੀ ਜਿਹੜੀ 10th ਤੱਕ ਦੀ ਸਟੱਡੀ ਰਹੀ ਹੈ ਉਹ ਮਤਲਬ ਆਲਮੋਸਟ ਤੁਹਾਨੂੰ ਇੱਦਾਂ ਲੱਗਦਾ ਹੁੰਦਾ ਸੀਗਾ ਕਿ ਮੈਂ ਪੜ੍ਹਾਈ 'ਚ ਕੁਛ ਕਰ ਸਕਦਾ ਜਾਂ ਉਦੋਂ ਹੀ ਤੁਹਾਨੂੰ ਖੇਡਾਂ ਵੱਲ ਦਾ ਹੋ ਗਿਆ ਸੀਗਾ ਕਿ ਨਹੀਂ ਮੈਂ ਪੜ੍ਹਨਾ ਤਾਂ ਜਸਟ ਡਿਗਰੀ ਵਾਸਤੇ ਹੀ ਆ ਕਿ ਚਲੋ ਮੈਨੂੰ ਸਰਟੀਫਿਕੇਟ ਮਿਲ ਜਾਵੇ ਪਰ ਮੈਂ ਖੇਡਾਂ ਵੱਲ ਨਿਕਲਣਾ ਆ 7th 8th ਤੱਕ ਲੱਗਦਾ ਰਿਹਾ ਵੀ ਜਿਵੇਂ ਡਾਇਰੈਕਟ ਲੈਫਟੀਨੈਂਟ ਭਰਤੀ ਹੋਵਾਂਗੇ ਆਰਮੀ ਦੇ ਵਿੱਚ ਥੋੜ੍ਹਾ ਚਿਰ ਜਿਵੇਂ ਤੁਹਾਨੂੰ ਪਤਾ ਕਿ ਜੇ ਕ੍ਰਿਕਟ ਦਾ ਵਰਲਡ ਕੱਪ ਹੋਵੇ ਬੱਚੇ ਕ੍ਰਿਕਟ ਖੇਡਣ ਲੱਗ ਜਾਂਦੇ ਨੇ ਜੇ ਫੁੱਟਬਾਲ ਦਾ ਹੋਵੇ ਫੁੱਟਬਾਲ ਆਪਾਂ ਗਲੀਆਂ 'ਚ ਖੇਡਣ ਲੱਗ ਜਾਂਦੇ ਐਵੇਂ ਹੀ ਸੀਗਾ ਘਰ 'ਚ ਥੋੜ੍ਹਾ ਆਰਮੀ ਦਾ ਵੀ ਮਾਹੌਲ ਸੀ ਫਾਦਰ ਸਾਹਿਬ ਆਰਮੀ ਸੀ ਤਾਇਆ ਜੀ ਕੈਪਟਨ ਰਿਟਾਇਰ ਹੋਏ ਨੇ ਆਰਮੀ 'ਚੋਂ ਅਤੇ ਇੱਕ ਵਾਰ ਜਿੱਦਾਂ ਇੱਕ ਲਹਿਰ ਜੀ ਉੱਠੀ ਵੀ ਹਾਂ ਯਾਰ ਲੈਫਟੀਨੈਂਟ ਭਰਤੀ ਹੋਵਾਂਗੇ ਪਰ ਉਸ ਤੋਂ ਬਾਅਦ ਜਿੱਧਰ ਨੂੰ ਸਬੱਬ ਬਣੀ ਗਿਆ ਜੀ ਹੌਲੀ ਹੌਲੀ ਪਹਿਲਾਂ ਕ੍ਰਿਕਟ ਫਿਰ ਪਹਿਲਵਾਨੀ ਦੇ ਵਿੱਚ ਪਰ ਉਹ ਸਭ ਚੀਜ਼ਾਂ ਪਿੱਛੇ ਛੁੱਟ ਗਈਆਂ ਜੀ ਸਰ ਜਿਵੇਂ ਕਿ ਤੁਸੀਂ ਕਿਹਾ ਕਿ ਬਚਪਨ ਦੇ ਵਿੱਚ ਸਕੂਲ ਟਾਈਮ 'ਚ ਤੁਹਾਨੂੰ ਮੈਥਸ ਕੈਮਿਸਟਰੀ ਟਫ ਲੱਗਦੀ ਸੀ ਬਾਕੀ ਸਬਜੈਕਟਸ 'ਚ ਬਹੁਤ ਇੰਟਰਸਟ ਸੀਗਾ ਅਤੇ ਟੀਚਰ ਕਿਹੜਾ ਜ਼ਿਆਦਾ ਫੇਵਰੇਟ ਹੁੰਦਾ ਸੀ ਟੀਚਰ ਇੱਕ ਤਾਂ ਹੀ ਸਾਡੇ ਦਿਲਰਾਜ ਸਰ ਹੁੰਦੇ ਸੀ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸੀ ਉਹਨਾਂ ਦੀ ਗੱਲਬਾਤ ਉਹਨਾਂ ਦੀ ਪਰਸਨੈਲਿਟੀ ਮਤਲਬ ਜਿਵੇਂ ਇੱਕ ਸੰਜੇ ਦੱਤ ਟਾਈਪ ਔਰਾ ਸੀ ਉਹਨਾਂ ਦਾ ਉਹ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਸੀ ਅਤੇ ਹੋਰ ਸਾਡੇ ਸਤਿੰਦਰ ਸਰ ਸੀ ਭਾਵਨਾ ਮੈਡਮ ਸੀ ਸਰਬਜੋਤ ਮੈਡਮ ਸੀ ਇਹ ਹਿੰਦੀ ਪੰਜਾਬੀ ਅਤੇ ਹਿਸਟਰੀ ਦੇ ਟੀਚਰ ਸੀ ਰਿਸਪੈਕਟਿਵਲੀ ਇਹ ਬਹੁਤ ਜ਼ਿਆਦਾ ਵਧੀਆ ਲੱਗਦੇ ਸੀ ਸੋ ਅੱਜ ਵੀ ਤੁਹਾਨੂੰ ਉਹ ਟੀਚਰ ਜਿਹੜੇ ਨੇ ਆਪਣੀ ਆਫਟਰ ਦੀ ਸਕੂਲਿੰਗ ਤੁਹਾਨੂੰ ਮਿਲੇ ਨੇ ਮੇਲ ਤਾਂ ਨਹੀਂ ਹੋਇਆ ਜੀ ਬਟ ਫੇਸਬੁੱਕ ਦੇ ਥਰੂ ਦਿਲਰਾਜ ਸਰ ਨਾਲ ਅਤੇ ਸਤਿੰਦਰ ਸਰ ਨਾਲ ਥੋੜ੍ਹਾ ਬਹੁਤ ਕਨੈਕਸ਼ਨ ਹੈਗਾ ਜੀ ਸੋ ਖੁਸ਼ ਹੋਏ ਹੋਣਗੇ ਤੁਹਾਡੀ ਪਦਵੀ ਤੋਂ ਕਹਿੰਦੇ ਹੋਣਗੇ ਕਿ ਹਾਂ ਜੱਸਾ ਸਾਡੇ ਕੋਲ ਪੜ੍ਹ ਕੇ ਗਿਆ ਬਹੁਤ ਖੁਸ਼ ਹੁੰਦੇ ਨੇ ਜੀ ਬਹੁਤ ਆਸ਼ੀਰਵਾਦ ਉਹਨਾਂ ਦਾ ਰਿਹਾ ਪਹਿਲਾਂ ਤੋਂ ਵੀ ਅਤੇ ਹੁਣ ਵੀ ਬਹੁਤ ਜ਼ਿਆਦਾ ਮਤਲਬ ਬਲੈਸਿੰਗਸ ਨੇ ਉਹਨਾਂ ਦੀਆਂ ਅਤੇ ਤੁਹਾਡੇ ਜਿਹੜੇ ਕਲਾਸਮੇਟ ਸੀਗੇ ਜਿਨ੍ਹਾਂ ਨਾਲ ਤੁਸੀਂ ਆਪਣਾ ਬਚਪਨ ਸਪੈਂਡ ਕੀਤਾ ਕਈ ਵਾਰੀ ਹੁੰਦਾ ਹੈ ਕਿ ਜਦੋਂ ਆਪਾਂ ਸਕੂਲਿੰਗ ਤੋਂ ਬਾਅਦ ਕਾਲਜ ਲਾਈਫ 'ਚ ਜਾਂਦੇ ਹਾਂ ਪਿਛਲੇ ਜਿਹੜੇ ਬੱਚੇ ਨੇ ਜਾਂ ਸਾਡੇ ਕਲਾਸਮੇਟਸ ਨੂੰ ਦੋਸਤੀ ਹੈ ਜਿਹੜੀ ਸਾਡੀ ਛੁੱਟ ਜਾਂਦੀ ਹੈ ਤੁਹਾਡੇ ਨਾਲ ਵੀ ਇਵੇਂ ਹੋਇਆ ਕਿ ਉਹ ਹਜੇ ਵੀ ਤੁਹਾਡੇ ਨਾਲ ਨੇ ਹੋਇਆ ਜੀ ਕਾਫੀ ਸਾਡਾ ਵੱਡਾ ਗਰੁੱਪ ਸੀਗਾ ਅਤੇ ਹੁਣ ਮੇਰੇ ਨਾਲ ਇੱਕ ਮਨਪ੍ਰੀਤ ਆ ਜੀ ਇੱਕ ਜੰਗ ਆ ਮੁੰਡਾ ਇੱਕ ਤੇਗਵੀਰ ਆ ਜੀ ਇਹ ਤਿੰਨ ਬੰਦੇ ਮੇਰੇ ਸਕੂਲ ਦੇ ਨੇ ਜਿਹੜੇ ਹੁਣ ਤੱਕ ਮੇਰੇ ਨਾਲ ਮਿਲਦੇ ਵਰਤਦੇ ਨੇ ਅਤੇ ਬਾਕੀ ਛੁੱਟ ਗਏ ਜੀ ਜਦੋਂ ਵੀ ਬੈਠਦੇ ਹੋ ਅਤੇ ਇਹਨਾਂ ਨਾਲ ਆਪਣੀਆਂ ਪੁਰਾਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਹੋ ਸਕੂਲ ਦੀਆਂ ਸਾਰੀਆਂ ਯਾਦ ਨੇ ਹਾਂਜੀ ਮਤਲਬ ਮੈਨੂੰ ਤਾਂ ਇਵਨ ਇੰਨਾ ਵੀ ਯਾਦ ਆ ਵੀ ਪਹਿਲੇ ਦਿਨ ਕਿੱਥੇ ਮਿਲੇ ਸੀ ਕੀ ਗੱਲਾਂ ਬਾਤਾਂ ਹੋਈਆਂ ਸੀ ਅਤੇ ਅੱਜ ਵੀ ਸਾਡੇ ਫੈਮਿਲੀ ਰਿਲੇਸ਼ਨ ਨੇ ਵਿਆਹ ਸ਼ਾਦੀ 'ਤੇ ਇੱਕ ਦੂਜੇ 'ਤੇ ਆਉਣਾ ਜਾਣਾ ਪ੍ਰੋਪਰ ਇੱਕ ਬਹੁਤ ਵਧੀਆ ਰਿਲੇਸ਼ਨ ਆ ਜੀ ਤੁਹਾਡੇ ਇਹ ਵਾਲੇ ਸਾਰੇ ਫਰੈਂਡਸ ਜਿਹੜੇ ਕਿ ਤੁਹਾਡੇ ਨਾਲ ਹੁਣ ਤੱਕ ਹੈਗੇ ਨੇ ਕੰਟੈਕਟ ਦੇ ਵਿੱਚ ਇਹ ਵੀ ਪਹਿਲਵਾਨੀ 'ਚ ਨਹੀਂ ਆ ਅਲੱਗ ਅਲੱਗ ਖੇਤਰਾਂ ਦੇ ਵਿੱਚ ਗਏ ਹੋਏ ਨੇ ਨਹੀਂ ਜੀ ਤੇਗਵੀਰ ਜਿਹੜਾ ਉਹ USA ਮੂਵ ਹੋ ਗਿਆ ਸੀ ਇਸੇ ਸਾਲ ਹੀ ਅਤੇ ਜੰਗਜੀ ਤੋਂ ਲੋਇਰ ਹੈ ਜੀ ਯੂਨੀਵਰਸਿਟੀ ਤੋਂ ਉਹਨੇ ਕੀਤੀ LLB ਅਤੇ ਮਨਪ੍ਰੀਤ ਆ ਜਿਹੜਾ ਉਹਦਾ ਆਪਣਾ ਇਮੀਗ੍ਰੇਸ਼ਨ ਦਾ ਕੰਮ ਹੈ ਜੀ ਹਾਂਜੀ ਜਿਵੇਂ ਕਿ ਤੁਸੀਂ ਆਪਣੇ ਟੀਚਰਾਂ ਦੇ ਵਿੱਚੋਂ ਦਿਲਰਾਜ ਸਰ ਦਾ ਨਾਮ ਲਿਆ ਹੈ ਨਾ ਕਿ ਉਹਨਾਂ ਦੀ ਜਿਹੜੀ ਪਰਸਨੈਲਿਟੀ ਸੀ ਸੰਜੇ ਦੱਤ ਵਰਗੀ ਸੀ ਤੁਹਾਨੂੰ ਕਾਫੀ ਅਟਰੈਕਟਿਵ ਜਿਹੜੀ ਪਰਸਨੈਲਿਟੀ ਰਹੀ ਹੈ ਕਿਉਂ ਲੱਗਦੀ ਸੀ ਤੁਹਾਨੂੰ ਸੰਜੇ ਦੱਤ ਵਰਗੀ ਉਹਨਾਂ ਦੀ ਪਰਸਨੈਲਿਟੀ ਇਹੋ ਜਿਹਾ ਕੀ ਖਾਸ ਸੀਗਾ ਖਾਸ ਇੱਕ ਤਾਂ ਹੀ ਉਹਨਾਂ ਦੀ ਵਾਕਿੰਗ ਸਟਾਈਲ ਇੱਕ ਉਹਨਾਂ ਦਾ ਬੋਲਣਾ ਜਦੋਂ ਕਿਸੇ ਨੂੰ ਬੁਲਾਉਣਾ ਨਾ ਆਵਾਜ਼ ਥੋੜ੍ਹੀ ਭਾਰੀ ਕਰਕੇ ਓਏ ਇੱਧਰਾ ਮਤਲਬ ਐਵੇਂ ਕਰਕੇ ਉਦੋਂ ਛੋਟੇ ਹੁੰਦੇ ਸੀ ਅਤੇ ਇੱਕਦਮ ਬੱਚਾ ਡਰ ਜਾਂਦਾ ਵੀ ਯਾਰ ਸਰ ਨੇ ਬੁਲਾ ਲਿਆ ਪਤਾ ਨਹੀਂ ਕੀ ਕਹਿਣਾ ਅਤੇ ਬਾਅਦ 'ਚ ਭਾਵੇਂ ਕੋਈ ਹਾਸੇ ਵਾਲੀ ਗੱਲ ਹੀ ਕਰ ਦੇਣ ਅਤੇ ਬਾਕੀ ਉਹਨਾਂ ਦੇ ਕੰਮ ਕਰਨ ਦਾ ਸਟਾਈਲ ਆਪਣੇ ਜ਼ਿੰਮੇਵਾਰ ਸੀਗੇ ਬਹੁਤ ਜ਼ਿਆਦਾ ਵੀ ਐਵੇਂ ਨਹੀਂ ਸੀ ਇੱਕ ਸਾਡੇ ਨਾਲ ਗੁਰੂਆਂ ਦਾ ਵੀ ਰਿਸ਼ਤਾ ਸੀ ਉਹਨਾਂ ਦਾ ਅਤੇ ਫਰੈਂਡਸ ਦਾ ਵੀ ਸੀ ਹਾਸਾ ਮਜ਼ਾਕ ਵੀ ਬਹੁਤ ਕਰਦੇ ਸੀ ਅਤੇ ਮੇਨ ਉਹਨਾਂ ਦੀ ਇੱਕ ਡਰੈਸਿੰਗ ਸੈਂਸ ਮਤਲਬ ਬੜੀ ਇੱਕ ਰੋਇਲ ਜੀ ਡਰੈਸਿੰਗ ਸੈਂਸ ਹੁੰਦੀ ਸੀ ਸਰ ਦੀ ਉਸ ਟਾਈਮ ਦੇ ਅਕੋਰਡਿੰਗ ਹੁਣ ਤਾਂ ਚਲੋ ਮਿਲੇ ਨਹੀਂ ਕਾਫੀ ਦੇਰ ਹੋ ਗਏ ਅਤੇ ਇਹਨਾਂ ਕੁਛ ਗੱਲਾਂ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਦਾ ਸੀ ਸਰ ਕਦੀ ਹੁੰਦਾ ਨਾ ਕਿ ਹੋਮਵਰਕ ਬਹੁਤ ਮਿਲਿਆ ਹੋਇਆ ਕਿਸੇ ਟੀਚਰ ਦਾ ਚਾਹੇ ਦਿਲਰਾਜ ਸਰ ਦੀ ਗੱਲ ਕਰ ਲਓ ਹੈ ਨਾ ਅਤੇ ਕੀਤਾ ਨਹੀਂ ਹੈਗਾ ਹੁਣ ਉਹਨਾਂ ਨੇ ਅੱਜ ਜਾਂਦੇ ਹੀ ਸਕੂਲ ਕਹਿਣਾ ਕਿ ਵੀ ਕਾਪੀਆਂ ਖੋਲ੍ਹੋ ਚੈੱਕ ਕਰਾਓ ਅਤੇ ਕਈ ਬੱਚੇ ਹੁੰਦੇ ਬੰਕ ਕਰ ਜਾਂਦੇ ਆ ਹੈ ਨਾ ਤੁਸੀਂ ਕਦੇ ਇੱਦਾਂ ਕੀਤਾ ਬੰਕ ਐਵੇਂ ਸੀਗਾ ਜੀ ਸਾਡਾ ਸਕੂਲ ਸੀਗਾ ਜੀ ਟੀ ਰੋਡ ਦੇ ਉੱਪਰ ਮੇਨ ਸਕੂਲ 'ਚੋਂ ਨਿਕਲ ਨਹੀਂ ਸਕਦੇ ਇਹਨਾਂ ਅਸੀਂ ਡਿਸਪੈਂਸਰੀ ਚਲੇ ਜਾਂਦੇ ਸੀ ਵੀ ਸਿਰ ਪੀੜ ਦਾ ਜਾਂ ਬੁਖਾਰ ਦਾ ਬਹਾਨਾ ਲਾ ਕੇ ਅਤੇ ਇੱਕ ਅੱਧਾ ਪੀਰੀਅਡ 40 ਮਿੰਟ ਦਾ ਉੱਥੇ ਕੱਢ ਆਉਣਾ ਇਹ ਹੋ ਜਾਂਦਾ ਸੀ ਕਦੀ 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 ਫੜੇ ਵੀ ਗਏ ਆ ਕਿ ਝੂਠਾ ਹੀ ਕਿਹਾ ਤਾਂ ਕਿ ਮੇਰਾ ਪੇਟ 'ਚ ਦਰਦ ਆ ਜਾਂ ਸਿਰ 'ਚ ਦਰਦ ਆ ਅਤੇ ਕਦੀ ਫੜੇ ਗਏ ਹੋ ਨਹੀਂ ਇਹ ਵੇਖੋ ਜੀ ਇਹ ਹੁਣ ਬੱਚਿਆਂ ਨੂੰ ਇੱਕ ਤਰ੍ਹਾਂ ਨਾਲ ਪੁੱਠੀ ਸਿੱਖਿਆ ਦੇਣ ਆ ਇੱਕ ਸਿਰ ਪੀੜ ਅਤੇ ਢਿੱਡ ਪੀੜ ਇਹੋ ਜਿਹੀ ਬਿਮਾਰੀ ਇਹਦਾ ਕੋਈ ਮੀਟਰ ਨਹੀਂ ਆ ਇਹਦਾ ਪਤਾ ਲੱਗ ਹੀ ਨਹੀਂ ਸਕਦਾ ਵੀ ਇਹ ਸੱਚ ਆ ਕਿ ਝੂਠ ਆ ਇਹਦਾ ਤੁਹਾਡੀ ਐਕਟਿੰਗ 'ਤੇ ਡਿਪੈਂਡ ਕਰਦਾ
ਤੁਸੀਂ ਇਹ ਤਾਂ ਜ਼ਰੂਰ ਕਿਹਾ ਕਿ ਸਿਰ ਦਰਦ ਹੋਵੇ ਚਾਹੇ ਪੇਟ ਦਰਦ ਹੋਵੇ ਇਹਦਾ ਜਿਹੜਾ ਹੈ ਨਾ ਪਤਾ ਨਹੀਂ ਲੱਗਦਾ, ਡਾਕਟਰ ਇਲਾਜ ਨਹੀਂ ਹੈ, ਪਰ ਮੈਨੂੰ ਇੱਥੇ ਗੱਲ ਯਾਦ ਆਉਂਦੀ ਹੈ ਕਿ ਮੈਂ ਫੜੀ ਜਾ ਚੁੱਕੀ ਹਾਂ ਕਿਉਂਕਿ ਸਾਡੇ ਟੀਚਰ ਕੁਛ ਇੱਦਾਂ ਦੇ ਹੁੰਦੇ ਸੀ ਕਿ ਉਹਨਾਂ ਨੂੰ ਪਤਾ ਹੁੰਦਾ ਸੀਗਾ ਕਿ ਇਹ ਬੱਚੇ ਨੇ ਕੰਮ ਨਹੀਂ ਕੀਤਾ, ਇਹ ਉਹਦਾ ਜਿਹੜਾ ਝੂਠ ਜਿਹੜਾ ਹੈ ਬੋਲ ਰਿਹਾ। ਸੋ ਇੱਕ ਟੀਚਰ ਹੀ ਹੁੰਦਾ, ਕਹਿੰਦੇ ਕਿ ਜਿਹੜਾ ਟੀਚਰ ਹੁੰਦਾ ਨਾ ਦੂਜੀ ਮਾਂ ਹੀ ਹੁੰਦੀ ਬੱਚੇ ਦੀ, ਹੈ ਨਾ। ਅਤੇ ਤੁਹਾਡੇ ਟੀਚਰ ਨੇ ਤੁਹਾਨੂੰ ਫੜਿਆ ਹੈ ਕਦੀ ਕਿ ਹਾਂ ਬਈ ਨਹੀਂ ਜੱਸੇ ਤੂੰ ਇਹ ਝੂਠ ਬੋਲਿਆ, ਇਹ ਇੱਦਾਂ ਨਹੀਂ ਹੈ, ਤੇਰਾ ਕੁਛ ਨਹੀਂ ਹੋਇਆ, ਤੂੰ ਇੱਧਰ ਆ ਜਰਾ। ਅਸੀਂ ਥੋੜ੍ਹੇ ਤੇਜ਼ ਹੁੰਦੇ ਸੀ ਜੀ, ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਨਿਕਲ ਜਾਂਦੇ ਸੀ, ਅਤੇ ਬਾਅਦ 'ਚ ਸਾਰਾ ਦਿਨ ਬਾਅਦ ਮੱਥੇ ਨਹੀਂ ਲੱਗਣਾ ਉਹਨਾਂ ਦੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਹਾਂ ਬੱਚਾ ਮਿਸਿੰਗ ਹੈ ਕਲਾਸ 'ਚ। ਅਟੈਂਡੈਂਸ ਤਾਂ ਫਸਟ ਪੀਰੀਅਡ 'ਚ ਹੁੰਦੀ ਸਿਰਫ, ਬਾਅਦ 'ਚ ਤਾਂ ਬਸ ਇੱਦਾਂ ਹੀ ਸੀਗਾ ਜੀ। ਅਤੇ ਤੁਹਾਨੂੰ ਤੁਸੀਂ ਕਿਹਾ ਕਿ ਮਤਲਬ ਅਸੀਂ ਕਈ ਵਾਰੀ ਇੱਦਾਂ ਡਿਸਪੈਂਸਰੀ ਚਲ ਜਾਣਾ, ਕਹਿ ਦੇਣਾ ਸਾਡਾ ਮਤਲਬ ਸਿਰ ਦਰਦ ਆਈ ਹੈ, ਮਤਲਬ ਐਕਟਿੰਗ ਵੀ ਵਧੀਆ ਕਰ ਲੈਂਦੇ ਸੀਗੇ। ਬਿਲਕੁਲ ਜੀ ਬਿਲਕੁਲ, ਬਸ ਉੱਥੇ ਜਾ ਕੇ ਤਾਂ ਇੱਦਾਂ ਲੱਗਦਾ ਹੁੰਦਾ ਸੀ ਵੀ ਇਹ ਤਾਂ ਅੱਜ ਸਹੀ ਨਹੀਂ ਹੁੰਦਾ, ਇਹਦਾ ਹੋਸਪਿਟਲਾਈਜ਼ ਕਰਨਾ ਪਊ, ਫਿਰ ਬਚੂਗਾ ਇਹ। ਐਕਟਿੰਗ ਤਾਂ ਪੂਰੀ ਤਗੜੀ ਸੀ ਜੀ। ਅਤੇ ਇਹਦੇ ਨਾਲ ਨਾਲ ਇਹ ਵੀ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਜਿਹੜਾ ਜੱਸਾ ਪੱਟੀ ਸੀ, ਹੈ ਨਾ, ਉਹਨੂੰ ਮਤਲਬ ਘਰ ਵਿੱਚ ਆ ਕੇ ਟੀ ਵੀ ਦੇਖਣ ਨੂੰ ਕਿੰਨਾ ਕੁ ਟਾਈਮ ਮਿਲਦਾ ਸੀ, ਜਾਂ ਸ਼ੌਂਕ ਵੀ ਸੀ ਟੀ ਵੀ ਦੇਖਣ ਦਾ, ਫਿਲਮਾਂ ਦੇਖਣ ਦਾ ਬਚਪਨ 'ਚ? ਟੀ ਵੀ ਦੇਖਣ ਦਾ ਸੱਚ ਕੋਈ ਖਾਸ ਸ਼ੌਂਕ ਨਹੀਂ ਸੀ, ਮੈਂ ਹੁਣ ਵੀ ਮੇਰੇ ਖਿਆਲ ਨਾਲ ਮੈਨੂੰ ਟੀ ਵੀ ਦੇਖੇ ਨੂੰ ਸਾਲ ਹੀ ਉਹ ਚੱਲਿਆ ਜਾਂ 2 ਸਾਲ ਉਹ ਚੱਲੇ ਹੋਣੇ, ਕਦੀ ਬੈਠੇ ਨਹੀਂ ਟੀ ਵੀ ਦੇ ਅੱਗੇ। ਫਿਲਮਾਂ ਤਾਂ ਜ਼ਰੂਰ ਹੁੰਦਾ ਸੀ, ਜਿਵੇਂ ਉਦੋਂ ਸ਼ਨੀਵਾਰ ਸ਼ਾਮ ਨੂੰ ਆਈ ਥਿੰਕ ਕੋਈ ਨਾ ਕੋਈ ਫਿਲਮ ਆਉਂਦੀ ਹੁੰਦੀ ਸੀ, ਅਤੇ ਸੰਡੇ ਨੂੰ ਸ਼ਕਤੀਮਾਨ ਆਉਂਦਾ ਹੁੰਦਾ ਸੀ, ਬਸ ਇਹ 1-2 ਦਾ ਹੁੰਦਾ ਸੀ ਵੀ ਹਾਂ ਇਹ ਵੇਖਣੇ ਆ, ਵੀ ਇੱਕ ਸ਼ਨੀਵਾਰ ਵਾਲੀ ਫਿਲਮ ਵੇਖ ਲਓ ਕਿਹੜੀ ਆਉਂਦੀ ਆ। ਟੀ ਵੀ ਦਾ ਕੁਛ ਇੰਨਾ ਨਹੀਂ, ਫਿਲਮ ਦਾ ਜ਼ਰੂਰ ਮੈਂ ਫੋਲੋ ਕਰਦਾ ਉਹਨਾਂ ਨੂੰ। ਕੋਈ ਫੇਵਰੇਟ ਮੂਵੀ ਜਿਹੜੀ ਤੁਹਾਨੂੰ ਲੱਗੇ ਕਿ ਹਾਂ ਬਈ ਇਹ ਮੈਨੂੰ ਬਹੁਤ ਪਸੰਦ ਆ, ਇਸ ਤੋਂ ਬਾਅਦ ਕੋਈ ਇੱਦਾਂ ਦੀ ਫਿਲਮ ਨਹੀਂ ਬਣੀ? ਬਾਘ ਮਿਲਖਾ ਬਾਘ, ਉਹ ਮਤਲਬ ਮੈਨੂੰ ਐਵੇਂ ਦੀਆਂ ਵਧੀਆ ਲੱਗਦੀਆਂ ਕਿ ਰੀਅਲ ਲਾਈਫ 'ਤੇ ਕੋਈ ਵੀ ਫਿਲਮ ਬਣੀ ਹੋਵੇ। ਦੰਗਲ ਬਹੁਤ ਵਧੀਆ ਫਿਲਮ ਬਣੀ ਆ, ਬਹੁਤ ਇੰਸਪਾਇਰਿੰਗ ਆ। ਬਾਘ ਮਿਲਖਾ ਬਾਘ ਹੋ ਗਈ, ਇਸ ਤਰ੍ਹਾਂ ਦੀਆਂ ਫਿਲਮਾਂ ਵਧੀਆ ਲੱਗਦੀਆਂ। ਜ਼ਿਆਦਾ ਮੈਂ ਵੈਸੇ ਹਾਲੀਵੁੱਡ ਸੀਰੀਜ਼ ਜਾਂ ਮੂਵੀਜ਼ ਉਹ ਦੇਖਦਾ, ਮੈਂ ਹਿੰਦੀ ਹੋਣ ਵਾਲੀਆਂ ਤਾਂ ਬਹੁਤ ਘੱਟ ਦੇਖਦਾ। ਮਤਲਬ ਬਚਪਨ ਤੋਂ ਹੀ ਤੁਹਾਡਾ ਹਾਲੀਵੁੱਡ ਸੀਰੀਜ਼ 'ਚ ਇੰਟਰਸਟ ਸੀਗਾ? ਬਚਪਨ 'ਚ ਹਾਂਜੀ, ਮਤਲਬ ਸੀਰੀਜ਼ ਦਾ ਚਲੋ ਹੁਣ ਥੋੜ੍ਹਾ ਰੁਝਾਨ ਆਇਆ ਨੈੱਟਫਲਿਕਸ ਐਮਾਜ਼ੋਨ ਕਰਕੇ, ਪਹਿਲਾਂ ਮੂਵੀਜ਼ ਵਗੈਰਾ ਵੀ ਜ਼ਿਆਦਾ ਇੰਗਲਿਸ਼ ਵੇਖਣ ਦਾ ਹੀ ਸੀਗਾ ਸ਼ੁਰੂ ਤੋਂ। ਸੋ ਬਾਲੀਵੁੱਡ ਦੇ ਵਿੱਚ ਤੁਸੀਂ ਕਿਹਾ ਕਿ ਜਿੱਦਾਂ ਮੋਟੀਵੇਸ਼ਨਲ ਮੂਵੀਜ਼ ਨੇ ਤੁਹਾਡੀਆਂ ਫੇਵਰੇਟ ਨੇ, ਅਤੇ ਨਾਲ ਨਾਲ ਤੁਸੀਂ ਜਿਹੜੀਆਂ ਸੀਰੀਜ਼ ਵੀ ਦੇਖਦੇ ਹੋ, ਕੋਈ ਅੱਜ ਕੱਲ੍ਹ ਬਹੁਤ ਜ਼ਿਆਦਾ ਤੁਹਾਡੇ ਟ੍ਰੈਂਡ 'ਚ ਹੋਵੇ, ਤੁਹਾਨੂੰ ਬੜੀ ਪਸੰਦ ਹੋਵੇ ਸੀਰੀਜ਼ ਹਾਲੀਵੁੱਡ ਦੀ? ਨੈੱਟਫਲਿਕਸ 'ਤੇ ਮੈਂ ਵੇਖੀ ਹੈ ਜੀ, ਇੱਕ ਯੂਨਾਬੋਮਬਰ ਵੇਖੀ ਸੀ ਪਿੱਛੇ ਜੇ, ਅਤੇ ਇੱਕ ਕੋਈ ਸੀਰੀਅਲ ਕਿਲਰ ਹੁੰਦਾ ਜੀ USA ਦਾ, ਉਹਨੂੰ ਕਿਵੇਂ ਲੱਭਦੇ ਨੇ ਉਹ ਵੇਖੀ ਆ, ਇੱਕ ਟੇਪਸ ਵਿਦ ਟੈਡ ਬੰਡੀ ਉਹ ਵੀ ਸੀਰੀਅਲ ਕਿਲਰ ਸੀ। ਮਤਲਬ ਬੇਸਿਕਲੀ ਮੈਨੂੰ ਇੱਦਾਂ ਦੀਆਂ ਥ੍ਰਿਲਰ ਜਿਹੜੀਆਂ ਨੇ ਉਹ ਜ਼ਿਆਦਾ ਪਸੰਦ ਨੇ ਜੀ। ਅਤੇ ਇੰਡੀਅਨ ਦੇ ਵਿੱਚੋਂ ਜਿਵੇਂ ਸੈਕਰਡ ਗੇਮਸ ਹੋ ਗਈ, ਆ ਜਮਤਾਰਾ ਹੋ ਗਈ, ਐਵੇਂ ਦੀਆਂ ਉਹ ਵਧੀਆ ਲੱਗਦੀਆਂ ਨੇ। ਮਤਲਬ ਜਿਹੜਾ ਤੁਸੀਂ ਆਪਣਾ ਫ੍ਰੀ ਟਾਈਮ ਹੈ ਉਹ ਇਸ ਤਰ੍ਹਾਂ ਪਾਸ ਕਰਦੇ ਹੋ ਮੂਵੀਜ਼ ਵਗੈਰਾ ਦੇਖ ਕੇ, ਜਾਂ ਇਨਡੋਰ ਗੇਮਸ ਦਾ ਵੀ ਇੰਟਰਸਟ ਹੈ ਤੁਹਾਨੂੰ? ਨਹੀਂ, ਜ਼ਿਆਦਾਤਰ ਜਾਂ ਤਾਂ ਮੈਂ ਬੁੱਕਸ ਪੜ੍ਹਦਾ ਜੀ, ਬੁੱਕਸ ਪੜ੍ਹਨ ਦਾ ਸ਼ੌਂਕ ਹੈ ਮੈਨੂੰ, ਅਤੇ ਜਾਂ ਫਿਰ ਨੈੱਟਫਲਿਕਸ ਦਾ। ਅਤੇ ਕਿਤਾਬਾਂ ਦੇ ਵਿੱਚ ਤੁਸੀਂ ਕੀ ਕਹਾਣੀਆਂ ਜਾਂ ਨੋਵਲ ਪੜ੍ਹਨਾ ਪਸੰਦ ਕਰਦੇ ਹੋ? ਪਹਿਲਾਂ ਮੈਂ ਕਾਫੀ ਨੋਵਲ ਪੜ੍ਹਦਾ ਸੀ ਜੀ, ਹੁਣ 2 ਸਾਲ ਤੋਂ ਮੈਨੂੰ ਜੀਵਨੀਆਂ ਪੜ੍ਹਨੀਆਂ ਜਾਂ ਕੁਛ ਰਾਜਨੀਤੀ ਜਾਂ ਜੋ ਵੀ ਆਪਣਾ ਆਲਾ ਦੁਆਲੇ ਚੱਲ ਰਿਹਾ ਉਹਦੇ ਬਾਰੇ ਸਟੱਡੀ ਕਰਨਾ ਥੋੜ੍ਹਾ ਵਧੀਆ ਲੱਗਦਾ। ਹੁਣ ਮੈਂ ਜਿਵੇਂ ਪੜ੍ਹ ਰਿਹਾ ਇੱਕ ਬੁੱਕ ਆ ਡਿਕਟੇਟਰਾਂ ਦੀਆਂ ਜੀਵਨੀਆਂ, ਉਹਦੇ ਵਿੱਚ ਮੁਸੋਲੀਨੀ ਦੀ, ਹਿਟਲਰ ਦੀ ਅਤੇ ਸਟਾਲਿਨ ਦੀ ਆ ਜੀ ਲਾਈਫ, ਉਹ ਮੈਂ ਪੜ੍ਹ ਰਿਹਾ ਇਸ ਟਾਈਮ। ਅਤੇ ਜਿਹੜੇ ਤੁਸੀਂ ਕਿਹਾ ਪਹਿਲਾਂ ਮੈਂ ਨੋਵਲ ਵੀ ਪੜ੍ਹਦਾ ਹੁੰਦਾ ਸੀਗਾ, ਮਤਲਬ ਇਹ ਜਿਹੜਾ ਲਿਟਰੇਚਰ ਤੁਸੀਂ ਪੜ੍ਹਦੇ ਆ, ਵੈਸੇ ਤੁਸੀਂ ਜ਼ਿਆਦਾ ਕਿਹੜੀ ਲੈਂਗੁਏਜ ਦਾ ਲਿਟਰੇਚਰ ਪਸੰਦ ਕਰਦੇ ਆ ਪੜ੍ਹਨਾ? ਮੈਂ ਪੰਜਾਬੀ ਦਾ ਜ਼ਿਆਦਾ ਪਸੰਦ ਕਰਦਾ ਜੀ, ਕਿਉਂਕਿ ਮੈਨੂੰ ਲੱਗਦਾ ਮੈਂ ਉਹਦੇ ਨਾਲ ਜ਼ਿਆਦਾ ਰਿਲੇਟ ਕਰਦਾ। ਇੰਗਲਿਸ਼ ਦੇ ਵਿੱਚ ਮੈਂ ਪੜ੍ਹ ਲੈਂਦਾ, ਪਰ ਕਿਉਂਕਿ ਆਪਾਂ ਉੱਥੇ ਜੰਮੇ ਪਲੇ ਨਹੀਂ ਹੁੰਦੇ, ਆਪਾਂ ਨੂੰ ਇਹ ਸਿਚੁਏਸ਼ਨ ਦੀ ਉਨੀ ਅੰਡਰਸਟੈਂਡਿੰਗ ਨਹੀਂ ਹੁੰਦੀ, ਇਸ ਕਰਕੇ ਮੈਨੂੰ ਪੰਜਾਬੀ ਜਿਹੜੀ ਉਹ ਜ਼ਿਆਦਾ ਪਸੰਦ ਹੈ ਜੀ। ਅਤੇ ਪੰਜਾਬੀ ਦੇ ਵਿੱਚ ਫੇਵਰੇਟ ਨੋਵਲਿਸਟ ਕੌਣ ਨੇ ਜਿਨ੍ਹਾਂ ਦੇ ਤੁਹਾਨੂੰ ਨੋਵਲ ਪੜ੍ਹਨੇ ਬਹੁਤ ਪਸੰਦ ਨੇ? ਜ਼ਿਆਦਾਤਰ ਜਿਹੜੇ ਮੈਂ ਨੋਵਲ ਪੜ੍ਹੇ ਨੇ ਜੀ ਉਹ ਪੜ੍ਹੇ ਨੇ ਰਾਮ ਸਰੂਪ ਅਣਖੀ ਦੇ ਜਾਂ ਬਲਵੰਤ ਗਾਰਗੀ ਦੇ, ਇੱਕ ਦੋ ਨੋਵਲ ਪੜ੍ਹੇ ਨੇ ਜੀ। ਅਤੇ ਕਿਹੜਾ ਨੋਵਲ ਜਿਹੜਾ ਤੁਹਾਨੂੰ ਅੱਜ ਤੱਕ ਭੁੱਲਦਾ ਨਹੀਂ ਦਿਮਾਗ ਦੇ ਵਿੱਚੋਂ? ਇੱਕ ਤਾਂ ਕੁਛ ਆ, ਚਲੋ ਮੈਂ ਇਹਨਾਂ ਨੂੰ ਜ਼ਿਆਦਾ ਡੀਪ ਨਾਵਲ ਨਹੀਂ ਮਾਰਿਆ, ਜਿਵੇਂ ਕੋਠੇ ਖੜਕ ਸਿੰਘ ਹੋ ਗਏ ਜਾਂ ਦੁੱਲੇ ਦੀ ਢਾਬੇ ਰਾਮ ਸਰੂਪ ਅਣਖੀ ਦੇ ਨਾਵਲ ਨੇ। ਇੱਕ ਮੇਰੇ ਨਾ ਦਿਮਾਗ 'ਚੋਂ ਨਾਵਲ ਨਿਕਲ ਗਿਆ, ਬਟ ਮੈਨੂੰ ਉਹਦੀ ਸਟੋਰੀ ਯਾਦ ਆ, ਉਹ ਸੈਕਿੰਡ ਵਰਲਡ ਵਾਰ 'ਤੇ ਸੀਗਾ ਨਾਵਲ, ਪੰਜਾਬੀ ਦੇ ਵਿੱਚ ਸੀਗਾ, ਉਹ ਬਹੁਤ ਇੱਕ ਵਧੀਆ ਸੀਗਾ, ਇੱਕ ਸ਼ਿਵ ਨਾਮ ਦਾ ਕਰੈਕਟਰ ਸੀ, ਮੇਰੇ ਨਾਵਲ ਦਾ ਨਾਮ ਨਿਕਲ ਗਿਆ। ਉਹ ਬਹੁਤ ਮਤਲਬ ਮੈਨੂੰ ਕਾਫੀ 8-10 ਸਾਲ ਹੋ ਗਏ ਉਹਨੂੰ ਪੜ੍ਹੇ ਨੂੰ, ਬਟ ਉਹ ਬਹੁਤ ਵਧੀਆ ਨਾਵਲ ਲੱਗਦਾ ਜੀ।